Thank you.
Thank you.
महाराज जी दी पावन अति पवित्र हजूरी अंदर आरंभ हुए नगर कीर्तन दे आप पहले पड़ाते पहुंचे हैं। आओ जिथे आप सत्संग दी घड़िया का निग मार रहे हाँ, जिथे आप पंगत के भी आनंद ले रहे हैं, लंगर प्रशादा छकड़ा के नाल संगत के भी आनंद ले रहे हैं। मैं संगत के चरणों में बेनती करता हिलचुल बहुत हो रही है। ससमत सानू दो बजे तक दिता से लगभग एक घंटे का समा रह गया है। सारा दिन आप नगर कीर्तन की हाजिरी पानी है, जरूरी है कि आओ जिथे आप रल मिल के हजूरी में हाजिरी पा रहे हैं, उत्थे आप रल मिल के फतेह की सांझ पानी है। एक बार फतेह पुराने दो बार वाहेगुरु का सिमरन होता है। इस वाहेगुरु का सिमरन मुताबक भाई साहब भाई गुरदास जी जिक्र करते हैं, कहते वाहेगुरु गुरमंत्र है जप हम है कोई। वाहेगुरु का गुरमंत्र ऐसा जिन्हों जपन के हंकार दूर होता है। आप जपजी साहब चरण पढ़ते नारक में जे बुझे तो हम मैं कहे ना कोई, उसके हुक्म जो समझ दे कोई हंकार नहीं करता। वो जिनी भी संगत महाराज जी की हजूरी अंदर जुड़ में पे एको बारी कहते ढाई अगर वो बड़े बुलाई हुई फतेह प्रवान करनी तब श्री गुरु ग्रंथ साहब ने सीख पा के गज वास्ते आखो जी वाहेगुरु जी का खालसा वाहेगुरु जी की फतेह। श्री गुरु गोबिंद सिंह हाथ जोर जोर कहो आपके वचन के प्रतीत कौन माने हो। राज करे खालसा तो अकी ना रह गए को पार में मिलेंगे बचे शरण जो पछाने को। सो तो सब ठीक है नजीक अब आई बात चिड़ियों से बाज में तराऊ साथ छाने को। पंथ की रखो तो ग्रंथ की रहेगी ना, रखो जो ना पंथ की तो ग्रंथ कौन माने हो। ऐसे दीन दयाल सतगुरु धन श्री गुरु ग्रंथ साहब जी महाराज जी ने छतर छाया है पंज प्यारे साहबाना की अगवाई हो आप है नगर कीर्तन के पहले पड़ाते पहुंचे हैं। आओ ਕੁਛ ਸਮਾਂ ਹਾਜ਼ਰ ਭਰ ਦਾ ਸਮਾਂ ਮਿਲਿਆ ਆ, ਜਿੰਨੀ ਵੀ ਸੰਗਤ ਮਾਰਦੀ ਹਜ਼ੂਰੀ ਅੰਦਰ ਜੁੜ ਬੈਠਿਆ ਪਰਾਣ ਰੱਖ ਕੇ ਏਕਤਾ ਦਾ ਸਬੂਤ ਦਿੰਦੇ ਹੋਏ ਇੱਕ ਰਸ ਵਿੱਚ ਪੁਰੇ ਜਾਈਏ। ਜੋ ਵੀ ਗੁਰਸਾਹਿਬ ਦੇ ਬੋਲ ਬੋਲੇ ਜਾਣ ਸਾਨੂੰ ਯਾਦ ਹੋ ਜਾਣ ਕਿ ਦਸਰਾ ਦੀ ਹਮੇਸ਼ਾ ਹੀ ਸਟੇਜ 'ਤੇ ਪਿੱਛਾ ਰਹਿੰਦੀ ਹੈ ਵੀ ਇਤਿਹਾਸ ਮੁਤਾਬਕ ਹੀ ਗੱਲ ਕੀਤੀ ਜਾਵੇ। ਇਤਿਹਾਸ ਤੋਂ ਬਾਹਰੀਆਂ ਗੱਲਾਂ ਕਰਨੀਆਂ ਨਾ ਸਾਨੂੰ ਪਸੰਦ ਆ ਨਾ ਅੱਜ ਕੱਲ੍ਹ ਸੰਗਤ ਕੋਈ ਸੁਣ ਕੇ ਰਾਜੀ ਹੈ। ਅਗਰ ਇਹ ਕਹਿਣਾ ਤਾਂ ਮੈਂ ਇਤਿਹਾਸ ਸੁਣਨ ਨੂੰ ਸੱਜਾ ਵੀ ਇਤਿਹਾਸ ਦੇ ਸੁਣਾਉਂਦਾ ਜੀਵਨ ਪੜ੍ਹਦੇ ਹਾਂ। ਮਾਤਾ ਪ੍ਰਕਾਸ਼ ਪਟਨਾ ਸ਼ਹਿਰ ਦੀ ਧਰਤੀ 'ਤੇ ਹੋਇਆ ਜਿਹੜਾ ਲਗਭਗ ਪੰਜਾਬ ਤੋਂ 17-1800 ਕਿਲੋਮੀਟਰ ਦੂਰ ਬਿਹਾਰ ਸਟੇਟ ਵਿੱਚ ਪੈਂਦਾ ਹੈ। ਉੱਥੇ ਮਾਤਾ ਪ੍ਰਕਾਸ਼ ਕਿਉਂ ਹੋਇਆ, ਕੀ ਵਜ੍ਹਾ ਸੀ? ਬਾਕੀ ਪਾਤਸ਼ਾਹ ਦੇ ਸਾਰੇ ਦੇ ਪ੍ਰਕਾਸ਼ ਪੰਜਾਬ ਦੀ ਧਰਤੀ 'ਤੇ ਹੋਏ ਨੇ। ਗੁਰੂ ਤੇਗ ਬਹਾਦਰ ਮਹਾਰਾਜ ਖੁਦ ਪੰਜਾਬ ਦੀ ਧਰਤੀ 'ਤੇ ਰਹਿ ਰਹੇ ਨੇ, ਪਟਨਾ ਸ਼ਹਿਰ ਕਿਉਂ ਗਏ? ਇਹਦੇ ਨਾਲ ਇੱਕ ਵੱਡਾ ਸਵਾਲ ਹੈ। ਪਿੱਛੇ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਕਾਸ਼ ਦਾ ਜਿਹੜਾ ਮਨਾ ਰਹੇ ਹਾਂ, ਵੈਸੇ ਤਾਂ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਿਤ ਇੱਕ ਕੈਲੰਡਰ ਮੁਤਾਬਕ 17 ਜਨਵਰੀ ਦਾ ਮੰਨਦਾ ਹੈ। ਉਸ ਤੋਂ ਪਹਿਲਾਂ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਕੇ ਹਟੇ ਹਾਂ। ਲੁਕਾਈ ਦੇ ਪਹਿਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੁੰਦੇ ਹੋਏ ਗਏ ਨੇ। ਜਦੋਂ ਦਾਤੀ ਦੇ ਪਾਪ ਪਰਾ ਬਣ ਗਿਆ, ਆਪ ਨਾਰਾਇਣ ਕਲਾ ਤਰ ਜਗ ਮਹਿ ਪਰਵਰੇ ਹੋ। ਅਕਾਸ ਨੇ ਆਪ ਜੋਤ ਲੈ ਕੇ ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਮਾਦੇ ਰੂਪ ਵਿੱਚ ਆ ਕੇ ਲੁਕਾਈ ਦਾ ਭਲਾ ਕਰਾਉਂਦੇ, ਚਾਰ ਉਦਾਸੀਆਂ ਕੀਤੀਆਂ। ਦਾਤੀ ਦੇ ਪਾਪ ਬੜਾ ਵੱਧ ਗਿਆ ਸੀ। ਜਦੋਂ ਪਾਪ ਵੱਧ ਗਿਆ, ਗ੍ਰੰਥਾਂ ਵਿੱਚ ਇੱਥੇ ਤੱਕ ਲਿਖਿਆ ਕਹਿੰਦੇ ਜਦੋਂ ਪਾਪ ਜ਼ਿਆਦਾ ਵੱਧ ਗਿਆ ਦਾਤੀ ਰੋਕ ਕੋਲ ਆ ਉੱਠੀ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਪੱਛਮ ਦੇਵ ਦੀ ਯਾਤਰਾ ਕੀਤੀ ਮੱਕੇ ਦੀ ਧਰਤੀ 'ਤੇ, ਗਿਆ ਉੱਥੇ ਕਾਜੀ ਰੁਕਨਦੀਨ ਦੇ ਨਾਲ ਵਾਰਤਾਲਾਪ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਈ ਹੈ, ਗੌਰ ਕਰਨਾ ਵਾਰਤਾਲਾਪ ਹੋਈ ਹੈ। ਸੈਂਕੜੇ ਸਵਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਰੱਖੇ ਤਾਂ ਵਚਨ ਕੀਤਾ, ਮਨ ਉਹਨਾਂ ਦਾ ਦਲੀਲ ਨਾਲ ਜਵਾਬ ਦਿੱਤਾ। ਕਹਿੰਦਾ ਤੁਸੀਂ ਕੌਣ ਹੋ, ਤੁਹਾਡੀ ਉਮਰ ਕਿੱਦਾਂ ਦੀ ਹੋਵੇਗੀ, ਤੁਹਾਡੀ ਕੌਮ ਕਿੱਦਾਂ ਦੀ ਹੋਵੇਗੀ, ਆਪਣੇ ਬਾਰੇ ਦੱਸੋ।
ਜਿਹੜਾ ਮਨ ਬਚਨ ਕੀ ਤਾਂ ਨੂੰ ਕਰਨੀ ਨਾ ਮੇਰੇ ਰੂਪ ਚ ਅਸੀਂ ਪੜ ਸਕਦੇ ਆ ਉਹਦੇ ਬਚਨ ਹੈ ਨਾਨਕ ਆਖੇ ਰੁਕਾਂ ਦੀਨ ਸੱਚਾ ਸੁਣੋ ਜਵਾਬ ਬੜਾ ਸੁਣੋ ਜੋ ਪ੍ਰੀਤ ਕਰ ਛੁਪੈ ਸਭ ਅਜਾਬ ਦਸਵਾਂ ਜਾਮਾ ਪਹਿਨ ਕਰ ਬੈਠ ਉੱਪਰ ਕਰਤਾਰ ਔਰੰਗਜ਼ੇਬ ਪਾਤਸ਼ਾਹ ਸੋ ਯੁੱਧ ਕਰੂੰ ਬਹੁ ਪਾਰ ਸਮਾਂ ਆਵੇਗਾ ਕਾਜੀ ਰੁਕਾਂ ਦੀਨ ਅਸੀਂ ਸ਼ਾਹੀ ਤਖ਼ਤ ਤੇ ਬਹਿਣਾ ਹੈ ਤੇ ਸਮੇਂ ਦੀ ਹਕੂਮਤ ਔਰੰਗਜ਼ੇਬ ਪਾਤਸ਼ਾਹ ਨਾਲ ਅਸੀਂ ਵਿਆਹ ਜੱਗ ਕਰਨੇ ਹਨ ਇਹ ਬਚਨ ਧੰਨ ਗੁਰੂ ਨਾਨਕ ਦੇਵ ਜੀ ਮਾਰਾ ਪਹਿਲਾ ਬਚਨ ਕਰ ਗਿਆ ਰਹੋ ਵਿਚਾਰ ਧਰਤੀ ਦੇ ਬਾਪ ਬੜਾ ਵਧੀਆ ਔਰੰਗਜ਼ੇਬ ਦਾ ਬੜਾ ਜ਼ੁਲਮ ਹੈ ਧਰਤੀ ਰੋਹ ਤੋਂ ਲਾ ਉੱਠੀ ਧਰਤੀ ਨੇ ਅਰਜੋਈ ਕੀਤੀ ਉਸ ਵੇਲੇ ਕਾਰਪੁਰ ਦੇ ਚਰਨਾਂ ਵਿੱਚ ਅਕਾਲ ਪੁਰਖ ਨੇ ਦੇਖਿਆ ਵੀ ਕਿਹਨੂੰ ਵੇਖਿਆ ਜਾਵੇ ਇਸ ਵੇਲੇ ਚਾਰੇ ਯੁੱਗਾਂ ਵਿੱਚ ਨਿਗਾਹ ਮਾਰੀ ਆ ਸੱਤ ਯੁੱਗ ਵਿੱਚ ਦੇਖਿਆ ਤ੍ਰੇਤੇ ਵਿੱਚ ਦੇਖਿਆ ਦੁਆਪਰ ਵਿੱਚ ਦੇਖਿਆ ਕਿਸੇ ਯੁੱਗ ਵਿੱਚ ਐਸਾ ਕੋਈ ਦੇਵੀ ਦੇਵਤਾ ਨਹੀਂ ਜਿਹੜਾ ਜਾ ਕੇ ਮਾਤ ਲੋਕ ਤੇ ਜਾਊਗਾ ਸਤਿਨਾਮ ਦਾ ਪ੍ਰਚਾਰ ਕਰੂਗਾ ਕਿਉਂਕਿ ਆਪਣਾ ਆਪ ਜਪਾ ਨਾਮ ਜਪਾਈ ਹੈ ਅਕਾਲ ਪੁਰਖ ਦਾ ਨਾਮ ਕਿਸੇ ਨੇ ਨਹੀਂ ਜਪਾਇਆ ਉਸ ਵੇਲੇ ਜਦੋਂ ਅਕਾਲ ਪੁਰਖ ਨੇ ਦੇਖਿਆ ਕੌਣ ਹੈ ਉਹ ਤਾਂ ਹੇਮਕੋਟ ਸਾਹਿਬ ਦੀ ਧਰਤੀ ਦੇ ਤਪ ਕਰਦਾ ਜਿਹਦਾ ਨਾਂ ਹੈ ਦੁਸ਼ਕਮਨ ਇਹ ਦੁਸ਼ਕਮਨ ਕੌਣ ਹੈ ਇਹ ਦੁਸ਼ਕਮਨ ਉਹ ਵੀ ਅਕਾਲ ਪੁਰਖ ਦੇ ਹੁਕਮ ਦੇ ਨਾਲ ਪਿਛਲੇ ਜਨਮ ਵਿੱਚ ਜਦੋਂ ਅਵਤਾਰ ਧਾਰਿਆ ਸੀ ਬੜਾ ਸਰੀਰ ਡੋਲ ਦੇ ਦੀਲ ਡੋਲ ਬੜਾ ਸਰੀਰ ਸੀ ਤਕੜਾ ਸਰੀਰ ਸੀ ਬੜਾ ਤਕੜਾ ਯੋਧਾ ਸੀ ਤੇ ਅਕਾਲ ਪੁਰਖ ਦੇ ਹੁਕਮ ਦੇ ਨਾਲ ਜਿਹਨੇ 10,05,000 ਦਾ ਜੰਗ ਕੀਤਾ ਦੁਸ਼ਕਮਨ ਜੀ ਨੇ 10,05,000 ਦਾ ਜੰਗ ਕੀਤਾ ਫਿਰ ਅਕਾਲ ਪੁਰਖ ਦਾ ਹੁਕਮ ਪਾ ਕੇ ਜਿੱਥੇ ਆ ਨੰਦੇੜ ਸ਼ਹਿਰ ਦੇਖਦੇ ਆ ਅੱਜ ਹਜ਼ੂਰ ਸਾਹਿਬ ਦੀ ਧਰਤੀ ਉਸ ਜਗ੍ਹਾ ਬਹਿ ਕੇ ਤਪ ਕੀਤਾ ਫਿਰ ਜਦੋਂ ਸਾਰਿਆਂ ਰਿਸ਼ੀਆਂ ਨੇ ਇੱਧਰ ਉੱਤਰ ਵੱਲ ਨੂੰ ਦੱਖਣ ਕੀ ਦੁੱਖ ਕੀਤਾ ਏ ਸਾਰੇ ਰਿਸ਼ੀ ਇੱਧਰ ਆਏ ਨੇ ਫਿਰ ਦੁਸ਼ਕਮਨ ਜੀ ਉਸ ਹਜ਼ੂਰ ਸਾਹਿਬ ਦੀ ਧਰਤੀ ਤੋਂ ਉੱਠ ਕੇ ਆ ਕੇ ਉੱਤਰਾਖੰਡ ਦੇ ਇਲਾਕੇ ਵਿੱਚ ਜਿਹਦੇ ਪੰਡ ਰਾਜ ਇਹ ਜੋਰ ਕਮਾਵੇ ਜਿੱਥੇ ਪਾਂਡੂ ਰਾਜੇ ਨੇ ਜੋਰ ਕਮਾਇਆ ਸੀ ਉਹਦੇ ਨੇੜੇ ਜਾ ਕੇ ਹੇਮਕੋਟ ਸਾਹਿਬ ਦੀ ਧਰਤੀ ਲੈ ਜਾ ਕੇ ਤਪ ਕਰਨਾ ਆਰੰਭ ਕਰ ਦਿੱਤਾ ਇਹ ਸਾਰੀ ਵਾਰਤਾ ਨਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਂ ਨੇ ਆਪਣੀ ਆਤਮ ਜੀਵਨ ਕਥਾ ਵਿੱਚ ਲਿਖੀ ਹੈ ਆਪ ਜੀ ਨੇ ਗਿਆਨ ਵਾਸਤੇ ਦੱਸਦੇ ਇੱਕੋ ਇੱਕ ਗੁਰੂ ਗੋਬਿੰਦ ਸਿੰਘ ਜੀ ਮਾਂ ਚ ਹੋਇਆ ਜਿਹਨਾਂ ਨੇ ਆਪਣੀ ਜੀਵਨ ਕਥਾ ਆਪ ਲਿਖੀ ਹੈ ਕਿਉਂਕਿ ਆਪਣੇ ਬਾਰੇ ਸੱਚ ਲਿਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦਾ ਆਪਣੇ ਬਾਰੇ ਸੱਚ ਲਿਖਿਆ ਮਹਾਰਾਜ ਜ਼ਿਕਰ ਕਰਦੇ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਮੌਜੂਦ ਵਿਚਿੱਤਰ ਨਾਟਕ ਜਿਹਦਾ ਭਾਵ ਅਨੋਖਾ ਨਾਟਕ ਵਿਚਿੱਤਰ ਨਾਟਕ ਦੇ ਵਿੱਚ ਜ਼ਿਕਰ ਕਰਦੇ ਨੇ ਛੇਵੇਂ ਅਧਿਆਏ ਵਿੱਚ ਆਪਣੇ ਆਪਣੀ ਕਥਾ ਵਿਖਾਲੋ ਤਪ ਸਾਪ ਜਿਹ ਵਿੱਚ ਮੋਹਿਆਲੋ ਹੈ ਅਮਕੰਟ ਪਰਬਤ ਹੈ ਜਹਾਂ ਸਪਤ ਸਿੰਘ ਸੋਭਿਤ ਹੈ ਕਹਾ ਤਹਿ ਅਮਦ ਕਿ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਆਰਾਧੀ ਇਹਦੇ ਵਿੱਚ ਕਰ ਤਪੱਸਿਆ ਪਇਓ ਦੁਆ ਦੇ ਏਕ ਰੂਪ ਹੋਇਆ ਗੋਇ ਸੇਵਾ ਕਰਦੇ ਪਏ ਪ੍ਰਸੰਨ ਗੁਰਦੇਵ ਅਸੀਂ ਹੇਮਕੁੰਟ ਸਾਹਿਬ ਤੇ ਜਾ ਕੇ ਬੜਾ ਤਪ ਕੀਤਾ ਹੇਮ ਦਾ ਭਾਵ ਹੁੰਦਾ ਹੈ ਬਰਫ਼ ਦੇ ਕੁੰਟ ਦਾ ਭਾਵ ਹੁੰਦਾ ਹੈ ਸਰੋਵਰ ਜਿੱਥੇ ਬਰਫ਼ ਨਾਲ ਢੱਕਿਆ ਹੋਇਆ ਸਰੋਵਰ ਹੈ ਹੇਮਕੁੰਟ ਪਰਬਤ ਹੈ ਜਾਂ ਸਪਤ ਸਿੰਘ ਸਪਤ ਦਾ ਭਾਵ ਹੁੰਦਾ ਸੱਤ ਤੇ ਸਿੰਘ ਦਾ ਭਾਵ ਹੁੰਦਾ ਚੋਟੀਆਂ ਜਿੱਥੇ ਬਰਫ਼ ਨਾਲ ਢੱਕਿਆ ਸਰੋਵਰ ਦੇ ਦੁਆਲੇ ਸੱਤ ਚੋਟੀਆਂ ਨੇ ਉਹ ਹੇਮਕੁੰਟ ਦਾ ਪਰਬਤ ਹੈ ਉੱਥੇ ਜਾ ਕੇ ਅਸੀਂ ਬੜੀ ਕਠਿਨ ਤਪੱਸਿਆ ਕੀਤੀ ਅਕਾਲ ਪੁਰਖ ਦੇ ਹੁਕਮ ਦੇ ਨਾਲ ਅਕਾਲ ਪੁਰਖ ਨੇ ਹੁਕਮ ਕੀਤਾ ਸੀ ਤੇ ਤਪ ਕੰਡ ਬਹਿ ਗਿਆ ਫਿਰ ਅਕਾਲ ਪੁਰਖ ਨੇ ਸਾਨੂੰ ਸੱਤ ਖੰਡ ਵਿੱਚ ਬੁਲਾਇਆ ਤੇ ਬਚਨ ਕੀਤਾ ਹੈ ਦੁਸ਼ਕਮਨ ਜੀ ਤੁਸੀਂ ਬੜੀ ਕਠਿਨ ਤਪੱਸਿਆ ਕੀਤੀ ਮਹਾਰਾਜ ਜ਼ਿਕਰ ਕਰਦੇ ਨੇ ਕਹਿੰਦੇ ਤਪੱਸਿਆ ਕਰਦੇ ਕਰਦੇ ਅਸੀਂ ਦੋ ਰੂਪਾਂ ਤੋਂ ਇੱਕ ਰੂਪ ਹੋ ਗਏ ਦੁਆ ਤੇ ਇੱਕ ਰੂਪ ਹੋਵੇ ਗਏ ਅਸੀਂ ਦੋ ਰੂਪਾਂ ਤੋਂ ਇੱਕ ਰੂਪ ਹੋ ਗਏ ਅਕਾਲ ਪੁਰਖ ਦੇ ਸਾਹਿਬ ਵਿੱਚ ਕੋਈ ਭੇਦ ਨਹੀਂ ਅਕਾਲ ਪੁਰਖ ਨੇ ਹੁਕਮ ਕੀਤਾ ਕਹਿੰਦੇ ਦੁਸ਼ਕਮਨ ਜੀ ਮੈਂ ਆਪਣਾ ਕੁਝ ਤੁਹਾਨੂੰ ਦੇਵਾਂ ਜਾਂ ਪੰਥ ਪਰ ਚਲ ਕਰ ਵੇਖੋ ਸਾਜਾ ਸੁੱਖ ਦਾ ਭਾਵ ਦਾ ਪੁੱਤਰ ਮੈਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਮਾਤ ਲੋਕ ਦੇ ਭੇਜਣਾ ਚਾਹੁੰਦਾ ਹੈ ਜਾ ਕੇ ਸਤਕਾਰ ਦਾ ਪ੍ਰਚਾਰ ਕਰੋ ਸਾਡੀ ਫੌਜ ਤਿਆਰ ਕਰੋ ਸਾਡਾ ਪੰਥ ਪ੍ਰਗਟ ਕਰੋ ਜਾ ਕੇ ਮਹਾਰਾਜ ਜ਼ਿਕਰ ਕਰਦੇ ਨੇ ਕਹਿੰਦੇ ਚਿਤਨਾ ਪਾਓ ਹਮਲੋ ਅਮਲ ਕੇ ਜੁਵੀ ਸਿਰ ਹੀ ਸਿਰ ਪ੍ਰਭ ਚਰਨ ਲੈ ਸਾਡਾ ਆਉਣ ਨੂੰ ਚਿਤ ਨਹੀਂ ਕਰਦਾ ਸੀ ਸਾਡੀ ਜਿਹੜੀ ਸੀ ਚਿਤ ਸੀ ਸਾਡਾ ਅਕਾਲ ਦੇ ਚਰਨਾਂ 'ਚ ਲੀਨ ਹੋ ਚੁੱਕਾ ਸੀ ਪਰ ਅਕਾਲ ਫਿਰ ਲੱਖਾਂ ਸਾਲ ਹੋ ਗਏ ਅਸੀਂ ਬੰਦਗੀ ਕਰਦੇ ਹਾਂ ਹੇਮਕੋਟ ਸਾਹਿਬ ਦੀ ਧਰਤੀ ਤੇ ਅਕਾਲ
वचन जहां से में आए पंच चले तब जगत में जब तुम करो सहाय असि उठ खड़े हो गए अकाल के चरणा च जोई की असि आप दे हुकम ना पंच तार साजांगे अगर आपकी समय समय जदो असि सहायता दी मांग करोगे तुसी साडी सहायता करना किवे इक दुष्ट बंदे रूप च तपस्वी दी अकाल के चरणा च जोई करदे आ जाके मांग लो के जावांगे आप दे हुकम दे नाल अवतार धारण करे मोला लाइना नु ढाटी अदाब दे सामने Thank you.
تھوڑا مشکل راستہ ہے کدے اس تاتی دے جا کے دیکھو تاتی اج بھی گواہی پاتی ہے تے گرو گوبند سنگھ جی ماں نے بیاہ سمت اپ کیتا ہے میرے کول کتاباں پڑھن دا سماں ملے ہے کو سن دے اتہاس بارے اج بھی اسی کرے سروور وچ چلے جائیے گرو گھر وچ اپا دیکھدے کئی ویلے کوئی نہ کوئی پتا کوئی نہ کچھ ڈگ پیندا اونوں بعد وچ سیوا دے نال او کٹ چکیا جاندا ہے کئی ویلے جدوں ہرمندر صاحب وی کئی ویلے کبوتر وی مر جاندے ہیں او چکنا پیندا ہے صاف کرنا پیندا ہے سروور دے کئی ویلے گندگی پی جاندی ساڈے سیوا دے صاف کردے ہیں تے ہیمکوٹ صاحب دی ذاتی بارے میں اپ جیویں کوئی چمبی والی گل دسدا ہے مینو پڑھن دا موقع ملے اتے لکھیا ہے کہ ہیمکوٹ صاحب دی ذاتی تے جہاں سروور کا جل ہے اتنے سیوادار سے میں کہا مجھے لگتا کوئی انت نہیں کہہ رہا باقی کہہ رہا کوئی سروور کا انت نہیں کن کا ڈونگا ہے اتنے سیوادار لگا ہے لگ بھگ سات بار جان کا موقع ملا ہیمکوٹ صاحب کی دھرتی سے ایک پاس بی پی کے پونا تھلے جل لگاتار جائی جا رہے ایک انچ بھی جل سروور کے بچوں کٹ نہیں رہا تو اتنے کچڑی کی ڈیوٹی لگی ہوا آپ جی سوچو کہ کڑی کچھ جہاں رحم کے سیوادار اتہاس لے کے اپنے گور نہ لکھتے ہیں ਤੁਸੀਂ ਕਦੇ ਹੇਮਕੋਟ ਸਾਹਿਬ ਦੀ ਧਰਤੀ ਤੇ ਜਾਓ ਤੁਹਾਨੂੰ ਕਹੇ ਵੀ ਸਰੋਵਰ ਚ ਕੋਈ ਡੱਖਾ ਜਾਂ ਕੋਈ ਪੱਤਾ ਨਹੀਂ ਨਜ਼ਰ ਆਊਗਾ ਕਹਿੰਦੇ ਜੇ ਕੋਈ ਪੱਤਾ ਜਾਂ ਫੁੱਲ ਦਾ ਪੱਤਾ ਜਾਂ ਕੋਈ ਵੀ ਪੱਤਾ ਝਾੜ ਜਾਂ ਡਿੱਗ ਜਾਂਦਾ ਚਿੜੀਆ ਦੇ ਚੁੱਕ ਕੇ ਲੈ ਜਾਂਦੀ ਸਰੋਵਰ ਦੀ ਸਫਾਈ ਰੱਖਦੀ ਹੈ ਇਹ ਕਾਦਰ ਯਾਦ ਦੇ ਕੁਦਰਤ ਦੇ ਰੰਗ ਨੇ ਉਸ ਧਰਤੀ ਦੇ ਲੱਖਾਂ ਸਾਲ ਗੁਰੂ ਗੋਬਿੰਦ ਸਿੰਘ ਜੀ ਮਾਂ ਨੇ ਤਪ ਕੀਤਾ ਕਰਨ ਨੇ ਹੁਕਮ ਕੀਤਾ ਜਾ ਕੇ ਮਾਤ ਲੋਕ ਤੇ ਜਾਓ ਸਤਿਆਂ ਦਾ ਪ੍ਰਚਾਰ ਕਰੋ ਸਤਿਆਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਸਿੱਧੇ ਰਸਤੇ ਪਾਓ ਸਾਡਾ ਪੰਥ ਸਾਜਨਾ ਕਰੋ ਉਸ ਵੇਲੇ ਪਹਿਲਾਂ ਮੈਂ ਧੰਨ ਗੁਰੂ ਨਾਨਕ ਦੇਵ ਜੀ ਮਾਨੇ ਜੀਵਨ ਦੀ ਗੱਲ ਸਾਂਝੀ ਕਰ ਰਿਹਾ ਸੀ ਚਾਰ ਉਦਾਸੀਆਂ ਬਕਾਈ ਦੇ ਭਲੇ ਲਈ ਕੀਤੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਹਾਰਾਜਾ ਉਦਾਸੀਆਂ ਕਰਦੇ ਕਰਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰਬ ਦੇਸ਼ ਦੀ ਯਾਤਰਾ ਆਰੰਭ ਕੀਤੀ ਗੌਰ ਕਰਨਾ ਇਤਿਹਾਸ ਨੂੰ ਕਿਉਂ ਪਟਨਾ ਸ਼ਹਿਰ ਦੀ ਧਰਤੀ ਨੇ ਗੁਰੂ ਗੋਬਿੰਦ ਸਿੰਘ ਜੀ ਮਾਨੇ ਅਵਤਾਰ ਧਾਰਨ ਕੀਤਾ ਬਾਕੀ ਪਾਤਸ਼ਾਹ ਨੇ ਕਿਉਂ ਪੰਜਾਬ ਦੀ ਧਰਤੀ ਦਾ ਅਵਤਾਰ ਧਾਰਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਯਾਤਰਾ ਕਰਦੇ ਕਰਦੇ ਹਰਿਦਵਾਰ ਤੋਂ ਹੋ ਕੇ ਅਯੋਧਿਆ ਤੋਂ ਹੋ ਕੇ ਉੱਤਰ ਪ੍ਰਦੇਸ਼ ਦੇ ਇਲਾਕੇ ਚੋਂ ਹੋ ਕੇ ਪਟਨਾ ਸ਼ਹਿਰ ਦੀ ਧਰਤੀ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚਦੇ ਨੇ ਪਟਨਾ ਸ਼ਹਿਰ ਦੀ ਧਰਤੀ ਤੇ ਜਦੋਂ ਮਹਾਰਾਜ ਗਏ ਨੇ ਇਤਿਹਾਸ ਬੜਾ ਲੰਬੇਰਾ ਹੈ ਸਾਸ ਰਹੇ ਜੋਰੀ ਸੀ ਉਹਨੇ ਮਹਾਰਾਜ ਦੀ ਬੜੀ ਸੇਵਾ ਕੀਤੀ ਬੜੀ ਸੇਵਾ ਕੀਤੀ ਆਪਣੀ ਹਵੇਲੀ ਵਿੱਚ ਰੱਖਿਆ ਚਾਰ ਮਹੀਨੇ ਲਗਭਗ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਟਨਾ ਸ਼ਹਿਰ ਦੀ ਧਰਤੀ ਤੇ ਰਹੇ ਨੇ ਤੇ ਸਿੱਖ ਧਰਮ ਦੀ ਸਭ ਤੋਂ ਪਹਿਲੀ ਵੱਡੀ ਸੰਗਤ ਜਿਹੜਾ ਆਪਾਂ ਅੱਜ ਸੰਗਤ ਵਿੱਚ ਇਕੱਤਰ ਹੋਏ ਨਾ ਬੜੀ ਕਹਿੰਦੇ ਨੇ ਵਿਆਪਕ ਸੰਗਤ ਆ ਗਈ ਹੈ ਤੇ ਸਿੱਖ ਧਰਮ ਦੀ ਸਭ ਤੋਂ ਵੱਡੀ ਪਹਿਲੀ ਸੰਗਤ ਪਟਨਾ ਸ਼ਹਿਰ ਦੀ ਧਰਤੀ ਤੇ ਇਕੱਤਰ ਹੋਈ ਸੀ ਵੱਡੀ ਗਿਣਤੀ ਵਿੱਚ ਸਭ ਤੋਂ ਜ਼ਿਆਦਾ ਸੰਗਤ ਪਟਨਾ ਸ਼ਹਿਰ ਦੀ ਧਰਤੀ ਤੇ ਸਾਡੇ ਸਿੱਖ ਧਰਮ ਦੀ ਚਾਰ ਮਹੀਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਟਨਾ ਸ਼ਹਿਰ ਦੀ ਧਰਤੀ ਤੇ ਰਹੇ ਨੇ ਜਦੋਂ ਉੱਥੋਂ ਤੁਰਨ ਲੱਗੇ ਨੇ ਸਾਥ ਰਹੇ ਜਾਰੀ ਆਉਂਦਾ ਮਹਾਰਾਜ ਪਟਨਾ ਸ਼ਹਿਰ ਨੂੰ ਛੱਡ ਕੇ ਨਾ ਜਾਓ ਤੁਹਾਡੇ ਬਿਨਾਂ ਪਟਨੇ ਦੀਆਂ ਕਲੀਆਂ ਸੁੰਨੀਆਂ ਹੋ ਜਾਵੇਗੀਆਂ ਅਗਰ ਤੁਸੀਂ ਪਟਨੇ ਨੂੰ ਛੱਡ ਕੇ ਚਲੇ ਗਏ ਪਟਨਾ ਸੁੰਨਾ ਹੋ ਜਾਵੇਗਾ ਮਹਾਰਾਜ ਕਹਿੰਦੇ ਜੋਰੀ ਜੀ ਹੁਣ ਤਾਂ ਸਾਨੂੰ ਹੁਕਮ ਹੈ ਅਕਾਲ ਤੋਂ ਦਾ ਹੁਕਮ ਲੱਗਾ ਸੀ ਪਟਨੇ ਸ਼ਹਿਰ ਨੂੰ ਛੱਡ ਕੇ ਜਾਣਾ ਹੈ ਲੁਕਾਈ ਦੇ ਭਲੇ ਲਈ ਸੀ ਉਦਾਸੀਆਂ ਹੋਰ ਕਰਦੇ ਹੋਰ ਬੁਰੇ ਇਲਾਕਿਆਂ ਵਿੱਚ ਜਾਣਾ ਹੈ ਅਗਰ ਤੁਸੀਂ ਗੱਲ ਕਰਦੇ ਹੋ ਪਟਨੇ ਸ਼ਹਿਰ ਦੇ ਸੁੰਨੇ ਹੋਣ ਦੀ ਦੱਸ ਮੈਂ ਜਾਮੇ ਜਾਵਾਂਗੇ ਜਲ ਵੀ ਤੇਰੀ ਹਵੇਲੀ ਚਲਾਵਾਂਗੇ ਇਹ ਧੰਨ ਗੁਰੂ ਨਾਨਕ ਦੇਵ ਜੀ ਮਾਂ ਨੇ ਬਚਨ ਕੀਤਾ ਤੇਰੀ ਹਵੇਲੀ ਜਾ ਕੇ ਜਲ ਮਲਾਵਾਂਗੇ ਫਿਰ ਉਹੀ ਸਮਾਂ ਗੁਜ਼ਰਿਆ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਮਾਤਾ ਗੁਜ਼ਰ ਕੌਰ ਦੇ ਆਨੰਦ ਕਾਰਜ ਹੋਏ ਨੇ ਕਰਤਾਰਪੁਰ ਦੀ ਧਰਤੀ ਦੇ ਆਨੰਦ ਕਾਰਜ ਹੋਇਆ ਹੈ ਸਾਡੇ ਇੱਕ ਸਾਲ ਦੋ ਸਾਲ ਦਸ ਸਾਲ ਘਰ ਵਿੱਚ ਔਲਾਦ ਨਾ ਹੋਵੇ ਅਸੀਂ ਦਸ ਸਾਲ ਦੇ ਭਟਕਦੇ ਫਿਰਦੇ ਹਾਂ ਜਿੱਥੇ ਦਿਲ ਕਰਦਾ ਭੱਜਦਾ ਜਿੱਥੇ ਕੋਈ ਦਸ ਦਾ ਭੱਜ ਜਾਂਦੇ ਹਾਂ ਮਾਤਾ ਗੁਜਰ ਕੌਰ ਅਤੇ ਧੰਨ ਗੁਰੂ ਤੇਗ ਬਹਾਦਰ ਜੀ ਮਾਂ ਦੇ ਆਨੰਦ ਕਾਰਜ ਹੋਏ ਨੂੰ 34 ਸਾਲ ਹੋ ਚੁੱਕੇ ਸਨ 34 ਸਾਲ ਥੋੜ੍ਹੇ ਨਹੀਂ ਹੁੰਦੇ 34 ਸਾਲ ਹੋ ਚੁੱਕੇ ਸਨ ਆਨੰਦ ਕਾਰਜ ਨੂੰ ਘਰ ਵਿੱਚ ਕੋਈ ਔਲਾਦ ਨਹੀਂ ਪੰਜਾਬ ਦੀ ਧਰਤੀ ਤੇ ਰਹਿ ਰਹੇ ਨੇ ਅਕਾਲ ਪੁਰਖ ਹੁਕਮ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਜੀ ਮਾਂ ਨੇ ਪੂਰਬ ਦੇਸ਼ ਦੀ ਯਾਤਰਾ ਆਰੰਭ ਕੀਤੀ ਆਉਣ ਵਾਲੇ ਸਮੇਂ ਬਾਰੇ ਜਾਣਦੇ ਸਨ ਪੂਰਬ ਦੇਸ਼ ਦੀ ਯਾਤਰਾ ਆਰੰਭ ਕੀਤੀ ਇਹਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਂ ਆਪ ਜ਼ਿਕਰ ਕਰਦੇ ਨੇ ਕਹਿੰਦੇ ਮੁਰਖ ਪੂਰਬ ਕੀ ਸਭਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਾ ਪਇਓ ਪਟਨਾ ਸ਼ਹਿਰ ਵਿਖੇ ਪਵਨ ਉਸੇ ਜਗ੍ਹਾ ਤੇ ਸਾਡਾ ਜਨਮ ਹੋਇਆ ਪਟਨਾ ਸ਼ਹਿਰ ਦੀ ਧਰਤੀ
ਕਿਰਪਾ ਹੁੰਦੀ
ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦੀ ਆਸਾ ਨਾਲ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਣ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਪਟਨਾ ਸ਼ਹਿਰ ਦੀ ਧਰਤੀ ਦੇ ਗੌਰ ਕਰਨਾ ਇਤਿਹਾਸ ਨੂੰ ਇਤਿਹਾਸ ਦੀ ਲੜੀ ਅੱਗੇ ਤੋਰਨ ਲੱਗਾ ਹੈ ਕਿਉਂਕਿ ਜ਼ਿਆਦਾਤਰ ਜਾਣਦੇ ਬਾਈਕਾਂ ਦੇ ਕੌਤਕ ਆਪਾਂ ਸਾਰਿਆਂ ਸੁਣੇ ਹੁੰਦੇ ਦੱਸਣਾ ਦੀ ਇੱਛਾ ਕੋਈ ਅਗਲਾ ਪ੍ਰਸੰਗ ਵਾਲੀ ਜ਼ਿੰਦਗੀ ਵਿੱਚ ਅਗਲਾ ਅੱਗੇ ਪ੍ਰਕਰਨ ਆਪਾਂ ਸਾਂਝਾ ਕਰੀਏ ਕੋਈ ਨਵਾਂ ਇਤਿਹਾਸ ਦਾ ਅੱਗੇ ਫਲਣਾ ਆਪਾਂ ਸੰਗਤ ਦੀ ਝੋਲੀ ਵਿੱਚ ਪਾਈਏ ਪਟਨਾ ਸ਼ਹਿਰ ਦੀ ਧਰਤੀ ਰੁਸ਼ਨਾਈ ਹੈ ਆਪ ਨੇ ਅਸੀਂ ਕਿਰਪਾ ਕੀਤੀ ਕੁਦਰਤੀ ਤੌਰ 'ਤੇ ਪਟਨਾ ਸ਼ਹਿਰ ਰੁਸ਼ਨਾਇਆ ਗਿਆ ਉਸ ਸ਼ਹਿਰ ਜਿਹੜਾ ਕਿਸੇ ਵਕਤ ਹਿੰਦੁਸਤਾਨ ਦੇਸ਼ ਦੀ ਰਾਜਧਾਨੀ ਸੀ ਦਿੱਲੀ ਸ਼ਹਿਰ ਤਾਂ ਬੜਾ ਬਾਅਦ ਵਿੱਚ ਵਸਿਆ ਪਟਨਾ ਸ਼ਹਿਰ ਬੜੇ ਬੜੇ ਰਾਜਿਆਂ ਦੀ ਰਾਜਧਾਨੀ ਦਾ ਪਟਨਾ ਸ਼ਹਿਰ ਹੀ ਰਿਹਾ ਕਿਤੇ ਕਿਤੇ ਮੌਰੀਆ ਸਾਮਰਾਜ ਦੀ ਰਾਜਧਾਨੀ ਰਿਹਾ ਅਤੇ ਕਿਤੇ ਕਿਤੇ ਰਾਜਾ ਜਰਾਸੰਦ ਵਰਗਿਆਂ ਦੀ ਰਾਜਧਾਨੀ ਰਿਹਾ ਜਰਾਸੰਦ ਰਾਜਾ ਦੁਆਬਰ ਯੁੱਗ ਦੇ ਅਵਤਾਰ ਕ੍ਰਿਸ਼ਨ ਜੀ ਦਾ ਮਾਮਾ ਜਿਹੜਾ ਸੀ ਕੰਸ ਜੀ ਨੂੰ ਮਾਰਿਆ ਸੀ ਕ੍ਰਿਸ਼ਨ ਜੀ ਨੇ ਉਹਦਾ ਬਦਲਾ ਲੈਣ ਨੂੰ ਕੰਸ ਦਾ ਕਿਉਂ ਸਹੁਰਾ ਸੀ ਰਾਜਾ ਜਰਾਸੰਦ ਅਤੇ ਆਪਣੇ ਜਵਾਈ ਦਾ ਬਦਲਾ ਲੈਣ ਉਹਨੇ 17 ਵਾਰ ਕ੍ਰਿਸ਼ਨ ਜੀ 'ਤੇ ਹਮਲਾ ਕੀਤਾ ਸੀ ਅਤੇ 17 ਵਾਰ ਕ੍ਰਿਸ਼ਨ ਜੀ ਨੂੰ ਹਰਾਇਆ ਐਸਾ ਤਪੀ ਰਾਜਾ ਸੀ ਇਹਦਾ ਸਾਰਾ ਜੇਕਰ ਹਿੰਦੂ ਧਰਮ ਦੇ 18 ਪੁਰਾਣ ਨੇ ਉਹਨਾਂ ਵਿੱਚੋਂ ਇੱਕ ਭਗਵਤ ਪੁਰਾਣ ਹੈ ਭਗਵਤ ਪੁਰਾਣ ਦੇ 10ਵੇਂ ਸਕੰਧ ਵਿੱਚ ਸਾਰੀ ਕਥਾ ਹੈ ਜੀ ਕਿਸ ਤਰ੍ਹਾਂ ਜਰਾਸੰਦ ਰਾਜੇ ਨੇ ਕ੍ਰਿਸ਼ਨ ਜੀ ਨੂੰ ਹਰਾਇਆ ਉਹਦੇ ਵਿੱਚ ਸਾਰੀ ਜ਼ਿਕਰ ਕੀਤਾ ਹਿੰਦੂ ਧਰਮ ਦੇ 18 ਪੁਰਾਣਾਂ ਵਿੱਚ ਭਗਵਤ ਪੁਰਾਣ ਦੇ 10ਵੇਂ ਸਕੰਧ ਵਿੱਚ ਐਸੇ ਐਸੇ ਕਵੀ ਰਾਜਿਆਂ ਦੀ ਰਾਜਧਾਨੀ ਪਟਨੇ ਨੂੰ ਕਿਸੇ ਨੇ ਪਟਨਾ ਸਾਹਿਬ ਨੇ ਕਿਹਾ ਇਹ ਪਟਨਾ ਸਾਹਿਬ ਉੱਤਰ ਮਿਲਿਆ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਨੇ ਅਵਤਾਰ ਧਾਰਨ ਕੀਤਾ ਉਹੀ ਪਟਨਾ ਸ਼ਹਿਰ ਹੁਣ ਪਟਨਾ ਸਾਹਿਬ ਬਣ ਗਿਆ ਪਟਨਾ ਸਾਹਿਬ ਦੀ ਧਰਤੀ 'ਤੇ ਮਾਤਾ ਅਵਤਾਰ ਹੋਇਆ ਧੰਨ ਗੁਰੂ ਤੇਗ ਬਹਾਦਰ ਜੀ ਮਾਨ ਨੂੰ ਖਬਰ ਭੇਜੀ ਮਹਾਰਾਜ ਢਾਕੇ ਸ਼ਹਿਰ ਵਿੱਚ ਨੇ ਇੱਥੇ ਗੌਰ ਕਰਨਾ ਜ਼ਿਲ੍ਹਿਆਂ ਵਾਲੇ ਆ ਪਰਿਵਾਰਾਂ ਵਾਲੇ ਆ ਕਹਿਣਾ ਬੜਾ ਸੌਖਾ ਹੁੰਦਾ ਹੈ ਮੈਂ ਕਿਸੇ ਸ਼ਹਿਰ ਨੂੰ ਸੁਣ ਰਿਹਾ ਸੀ ਕਵੀ ਸੀ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਾਨ ਨੂੰ ਗਾਉਣਾ ਬੜਾ ਔਖਾ ਹੈ ਗੁਰੂ ਗੋਬਿੰਦ ਸਿੰਘ ਜੀ ਮਾਨ ਨੂੰ ਲਿਖਣਾ ਬੜਾ ਔਖਾ ਹੈ ਕਹਿੰਦਾ ਸੰਗਤ ਜੀ ਇੱਕ ਗੱਲ ਸੱਚਾਈ ਹੈ ਗੁਰੂ ਗੋਬਿੰਦ ਸਿੰਘ ਜੀ ਮਾਨ ਨੂੰ ਸੁਣਨਾ ਵੀ ਬੜਾ ਔਖਾ ਹੈ ਇਹ ਗੱਲ ਸੱਚਾਈ ਹੈ ਅਗਰ ਗੁਰੂ ਗੋਬਿੰਦ ਸਾਹਿਬ ਦਾ ਜੀਵਨ ਪੜ੍ਹੀਏ ਅਸੀਂ ਕਹਿੰਦੇ ਸ਼ਹੀਦੀ ਪਾ ਗਏ ਇੱਦੀ ਸੁਣਦੇ ਨਾ ਆਪਾਂ ਗੌਰ ਕਰਨਾ ਢਾਕੇ ਸ਼ਹਿਰ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਪਰਿਵਾਰ ਨੇ ਖਬਰ ਭੇਜੀ ਹੈ ਘਰ ਵਿੱਚ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ 34 ਸਾਲ ਵਿੱਚ ਘਰ ਔਲਾਦ ਆਈ ਸੀ ਫਿਰ ਵੀ ਪਿਤਾ ਹਾਜ਼ਰ ਨਹੀਂ ਪ੍ਰਚਾਰ ਕਰ ਰਹੇ ਸਿੱਖੀ ਦਾ ਕਾਨਪੁਰ ਦਾ ਭਾਣਾ ਹੈ ਅਤੇ 5 ਸਾਲ ਦੇ ਹੋ ਚੁੱਕੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਵੀ ਗੁਰਦੁਆਰਾ ਗੁਰੂ ਕਾ ਬਾਗ ਬਣਿਆ ਹੋਇਆ ਪਟਨਾ ਸਾਹਿਬ ਦੀ ਧਰਤੀ ਦੇ ਜਿੱਥੇ ਪਿਓ ਅਤੇ ਪੁੱਤਰ ਦਾ ਪਹਿਲੀ ਵਾਰ ਮਿਲਾਪ ਹੋਇਆ 5 ਸਾਲ ਦੇ ਹੋ ਚੁੱਕੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਤਾ ਦੇ ਪੁੱਤਰ ਦਾ ਪਹਿਲੀ ਵਾਰ ਮਿਲਾਪ ਹੋਇਆ ਕੁਛ ਸਮਾਂ ਲਖਨਊ ਸਾਹਿਬ ਦੀ ਧਰਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਨੇ 6.5 ਸਾਲ ਦੀ ਉਮਰ ਸੀ ਅਨੰਦਪੁਰ ਸਾਹਿਬ ਦੀ ਧਰਤੀ 'ਚ ਆਉਂਦੇ ਨੇ 9.5 ਸਾਲ ਦੀ ਉਮਰ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦੀ ਪਾ ਜਾਂਦੇ ਲਗਭਗ 2.5 ਸਾਲ 3 ਸਾਲ ਦਾ ਸਮਾਂ ਸੀ ਪਿਓ ਅਤੇ ਪੁੱਤਰ ਦੇ ਮਿਲਾਪ ਦਾ ਘਰ ਵਿੱਚ 34 ਸਾਲਾਂ ਦਾ ਔਲਾਦ ਆਈ ਸੀ ਉਸ ਵੀ ਫਿਰ ਵੀ ਉਸ ਪੁੱਤਰ ਦੇ ਨਾਲ 2.5 ਸਾਲ ਦਾ ਸਮਾਂ ਗੁਜ਼ਾਰਿਆ ਇਸੇ ਕਰਕੇ ਨੇ ਗੁਰੂ ਗੋਬਿੰਦ ਸਿੰਘ ਜੀ ਮਾਨ ਨੂੰ ਸੁਣਨਾ ਵੀ ਬੜਾ ਔਖਾ ਉਹੀ ਮਹਾਰਾਜ ਜਿਕਰ ਕਰਦੇ ਨੇ ਪਟਨਾ ਸ਼ਹਿਰ ਦੀ ਧਰਤੀ ਦੇ ਮਾਨ ਦਾ ਅਵਤਾਰ ਹੋਇਆ ਬੜੀਆਂ ਰੁਸ਼ਨਾਈਆਂ ਗੜੀਆਂ ਰੁਸ਼ਨਾਈਆਂ ਗਈਆਂ ਬੜੀ ਖੁਸ਼ੀ ਮਨਾਈ ਗਈ ਇਤਿਹਾਸ ਬੜਾ ਲੰਬੇ ਦਾ ਪਟਨਾ ਸ਼ਹਿਰ ਦੀ ਧਰਤੀ ਦੇ ਮਾਨ ਨੇ 5 ਸਾਲ ਵਿਅਰਥ ਕੌਤਕ ਕੀਤੇ ਨੇ ਅਤੇ ਮੈਂ ਪਹਿਲਾਂ ਗੱਲ ਕੀਤੀ ਨਾ ਗੁਰੂ ਗੋਬਿੰਦ ਤੇਗ ਬਹਾਦਰ ਜੀ ਮਹਾਰਾਜ ਜ਼ਿਕਰ ਕਰਕੇ ਗਏ ਨੇ ਫਿਰ ਤੁਹਾਡੇ ਕੱਲ ਪੈਦਾ ਹੋਣ ਵਾਲੀ ਔਲਾਦ ਕੋਈ ਆਮ ਨਹੀਂ ਹੋਵੇਗੀ ਉੱਥੇ ਹੀ ਮਹਾਰਾਜ ਜਿੱਥੇ ਪਰਿਵਾਰ ਨੂੰ ਸਖ਼ਤ ਹਦਾਇਤ ਕੀਤੀ ਅਤੇ 4 ਗੁਰਸਿੱਖਾਂ ਦੀ ਡਿਊਟੀ ਲਗਾਈ ਗਈ 4 ਗੁਰਸਿੱਖਾਂ ਦੀ ਡਿਊਟੀ ਲਗਾਈ ਗਈ ਇਹ ਜਦੋਂ ਵੀ ਸਾਹਿਬਜ਼ਾਦਾ ਆਪਣੇ ਮੁੱਖ ਵਿੱਚੋਂ ਕੋਈ ਬਚਨ ਬੋਲੇਗਾ ਤੁਸੀਂ ਨੋਟ ਕਰ ਲੈਣਾ ਕੋਈ ਵੀ ਬਚਨ ਕਿਹਾ ਕਰਨਾ ਤੁਸੀਂ ਨੋਟ ਕਰੇ ਜਾਣਾ 4 ਗੁਰਸਿੱਖਾਂ ਦੀ ਡਿਊਟੀ ਲਗਾਈ ਗਈ ਜੋ ਵੀ ਮਨ ਦੇ ਬਚਪਨ ਤੋਂ ਲੈ ਕੇ ਜ਼ਿੰਦਗੀ ਦੇ ਹੋਰ ਵੀ ਪੜਾਵਾਂ ਦੇ ਮਨ ਜੋ ਬਚਨ ਕਰਨੇ ਉਹਨਾਂ ਸਿੱਖਾਂ ਨੇ ਲਿਖ ਲੈਣੇ ਉਹੀ ਸਮਾਂ ਪਾ ਕੇ ਗੁਜ਼ਰਦਾ ਗੁਜ਼ਰਦਾ 5 ਸਾਥੀ ਤੋਂ ਬਾਅਦ ਉਹਨੂੰ ਵਿਜੇ ਮੁਕਤ ਗ੍ਰੰਥ ਬਣਿਆ ਜਿਹਦੇ ਵਿੱਚ ਆਪਾਂ 100 ਸਾਖੀ ਦੀ ਗੱਲ ਕਰਦੇ ਹਾਂ ਵਿਜੇ ਮੁਕਤ ਗ੍ਰੰਥ 100 ਸਾਖੀ ਉਹੀ ਬਣੀ ਜੀ 4 ਗੁਰਸਿੱਖਾਂ ਲਿਖਦੇ ਰਹੇ ਨੇ ਜੋ ਜੋ ਮਾਂ ਨੇ ਬਚਨ ਕਰਨਾ ਕਹਿੰਦੇ ਪਟਨਾ ਸ਼ਹਿਰ ਦੀ ਧਰਤੀ ਦੇ ਇੱਕ ਬੀਬੀ ਸੀ ਉਹਦੇ ਕਰਕੇ ਔਲਾਦ ਵੀ ਤਾਂ ਉਹਨੂੰ ਕਿਸੇ ਨੇ ਦੱਸਤਾ ਕਹਿੰਦੇ ਅਕਾਲ ਪੁਰਖ ਦਾ ਰੂਪ ਆਏ ਗੁਰੂ ਨਾਨਕ ਜੀ 10ਵੀਂ ਜੋਤ ਗੁਰਗੱਦੀ
ਜਾਓ ਸੋ ਸਮਾਂ ਲਖਨਾਉ ਸਾਹਿਬ ਦੀ ਧਰਤੀ ਤੇ ਰਹਿ ਕੇ ਚੰਦ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰ ਕੌਰ ਦੇ ਨਾਲ
ਉਹਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਣਜੀਤ ਨਗਾਰਾ ਖੜਕਿਆ ਉਹਦੇ ਕਾਲ ਕਾਲ ਗਿਆ ਟੋਟਾ ਜਦੋਂ ਪਹਾੜੀਆਂ ਵਿੱਚ ਗੁੰਜਿਆ ਬਾਈ ਪਾਰ ਧਾਰ ਦੇ ਪਹਾੜੇ ਤਿਲਮਰਾ ਉੱਠੇ ਰੋਹ ਵਿਚਾਰ ਨਾ ਕਿ ਜਾਤਾ ਇੱਥੇ ਹੁਣ ਤਿਆਰ ਨੂੰ ਅਸੀਂ ਸੰਕੋਚ ਦੇ ਬਾਕੀ ਦਾ ਗਿਆਨ ਆਪਾਂ ਅਗਲੇ ਪ੍ਰਾਵਲ ਸਾਂਝਾ ਕਰਾਂਗੇ ਵੈਸੇ ਦਾ ਆਨੰਦ ਹੋਣੇ ਬੱਚੇ ਸੀ ਕਿਉਂਕਿ ਪਹਿਲਾਂ ਤਾਂ ਸੰਗਤ ਦਾ ਧਿਆਨ ਹੀ ਪਕੌੜਿਆ ਤੁਸੀਂ ਆਏ ਨੀ ਕੋਈ ਇੱਧਰ ਦੇ ਕੋਈ ਉੱਧਰ ਦੇ ਸੀ ਕਿਉਂਕਿ ਸਟੇਜਾਂ 'ਤੇ ਜਾਂਦਾ ਐਕਸਪੀਰੀਅੰਸ ਹੋ ਜਾਂਦਾ ਇੱਕ ਚੀਜ਼ ਦਾ ਅਭਿਆਸ ਹੋ ਜਾਂਦਾ ਕੌਣ ਕਿੱਦਾਂ ਦਾ ਚੱਲਦਾ ਕਿੱਦਾਂ ਦਾ ਸੁਣਦਾ ਹੈ ਸੌਣ ਤਾਂ ਅੱਜ ਲੱਭ ਗਿਆ ਸੀ ਸਾਰਿਆਂ ਦਾ ਹੁਣ ਆਨੰਦ ਵੱਜਾ ਸੀ ਹੁਣ ਸਮਾਪਤ ਹੀ ਸਮਾਂ ਆ ਗਿਆ ਸੋ ਫਿਰ ਵੀ ਚਲੋ ਸਾਡੀ ਮਜ਼ਬੂਰੀ ਪ੍ਰਬੰਧਕਾਂ ਦੀ ਮਜ਼ਬੂਰੀ ਹੈ ਇੱਕ ਜਗ੍ਹਾ ਸਾਰੇ ਖਰਾਬ ਨੇ ਸੁਣਾ ਜਾ ਨਗਰ ਕੀਤੇ ਹੋਰ ਹੀ ਪੜਾ ਰਹੇ ਸੋ ਬਾਕੀ ਦਾ ਇਤਿਹਾਸ ਆਪਾਂ ਬਾਕੀ ਅਗਲੇ ਪੜਾਵਾਂ 'ਚ ਸਾਂਝਾ ਕਰਕੇ ਕਿਸ ਤਰ੍ਹਾਂ ਆਨੰਦ ਸਾਹਿਬ ਦੀ ਧਰਤੀ ਨੇ ਜੀਤ ਨਗਾਰਾ ਖੜਕਿਆ ਕਿਸ ਵਜ੍ਹਾ ਮਨ ਨੇ ਇਕੱਤਰ ਕੀਤੀ ਉਸ ਤੋਂ ਬਾਅਦ ਅੱਗੇ ਕੀ ਚੱਲਿਆ ਉਹਦਾ ਆਪਾਂ ਪ੍ਰਸੰਗ ਅਗਲੇ ਪੜਾਵਾਂ 'ਚ ਸਾਂਝਾ ਕਰਾਂਗੇ ਇੰਨੀ ਗਾਜਰੀ ਪਰਿਵਾਰ ਕਰਨੀ ਢਾਡੀ ਰਾਜ ਦੀ ਕਦਰ ਕਰਦੇ ਬਿਆਨ ਸੰਗਤਾਂ ਬੋਲੋ ਬਿਆਨ ਮਾਣ ਸਤਿਕਾਰ ਪਹੁੰਚਾਏ ਮਾਲਾ ਚੜ੍ਹਦੀ ਕਲਾ ਵਾਸੀ ਨੇ ਰਹਿਮਤ ਕਰਨ ਇੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀ ਕਾਲੀ ਗੰਜਵਤ ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਘਰੀ ਸਾਹਿਬ ਸੰਗਤ ਜੀਓ ਸਤਿਗੁਰੂ ਜੀ ਨੇ ਬੜੀ ਅਪਾਰ ਬਖਸ਼ਿਸ਼ ਕੀਤੀ ਹੈ ਸੋ ਪਹਿਲੇ ਪੜਾਅ ਦੀ ਇੱਥੇ ਸਮਾਪਤੀ ਹੋਈ ਹੈ ਸੋ ਢਾਡੀ ਜਥਾ ਇੰਟਰਨੈਸ਼ਨਲ ਪੰਥਕ ਢਾਡੀ ਜਥਾ ਗਿਆਨੀ ਰਿਪਨ ਸਿੰਘ ਜੀ ਢੇਰ ਤਿਨ੍ਹਾਂ ਦੇ ਜਥੇ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਪਹਿਲੇ ਪੜਾਅ 'ਤੇ ਇਤਿਹਾਸ ਦੀ ਆਰੰਭਤਾ ਕੀਤਾ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਤਿਨ੍ਹਾਂ ਦੇ ਜਥੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਆਪਣੇ ਦਲ ਘਰ ਦੀ ਸੇਵਾ ਲੈਂਦੇ ਰਹਿਣਗੇ ਸੋ ਹੁਣ ਆਪਾਂ ਨੇ ਅਗਲੇ ਪੜਾਅ ਦੇ ਵਿਚਾਲੇ ਪਾਉਣੇ ਹਨ ਸੋ ਗੁਰਦੁਆਰਾ ਸਿੰਘ ਸਭਾ ਸਾਹਿਬ ਜੀ ਦੀ ਪ੍ਰਬੰਧ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਕਿਰਪਾ ਕਰਨ ਤਿਨ੍ਹਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨ ਸੋ ਸੰਗਤਾਂ ਦੀ ਸੇਵਾ ਵਾਸਤੇ ਚਾਹ ਦੇ ਲੰਗਰ ਲਾਏ ਗਏ ਹਨ ਸਤਿਗੁਰੂ ਜੀ ਦਾ ਸਤਿਕਾਰ ਕਰਦੇ ਹੋਏ ਰੁਮਾਲਾ ਸਾਹਿਬ ਭੇਟ ਕੀਤੇ ਗਏ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਹੁਣ ਦੂਜਾ ਪੜਾਅ ਜੋ ਹੈ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਗੁਰੂ ਘਰ ਵਿਖੇ ਲੱਗਣਾ ਹੈ ਸਾਰੀਆਂ ਹੀ ਸੰਗਤਾਂ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਬੋਲੇ